ਬਾਪ ਅਤੇ ਬੇਟਾ ਅਦਰੂ ਪਾਕ ਦੇ ਨਾਂ ਦੇ ਉੱਤੇ ਸਤਿਕਾਰਯੋਗ ਫਾਦਰ ਸਾਹਿਬਾਨ, ਸਿਸਟਰ ਸਾਹਿਬਾਨ, ਮਨਾਤ ਭਰਾਓ, ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਭੈਣੋ ਅਤੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਖਾਸ ਮੌਕਾ ਹੈ ਸਾਡੇ ਸਾਰਿਆਂ ਦੇ ਵਾਸਤੇ, ਉਸ ਖੁਦਾ ਦਾ, ਉਸ ਪ੍ਰਭੂ ਯਿਸੂ ਦਾ, ਉਸ ਪਵਿੱਤਰ ਆਤਮਾ ਦਾ ਧੰਨਵਾਦ ਕਰਨ ਦਾ, ਅਤੇ ਖਾਸ ਕਰਕੇ ਅੱਜ ਓਪਰਚੁਨਿਟੀ ਹੈ ਕਿ ਧਾਰਮਿਕ ਲੋਕਾਂ ਅਤੇ ਜਿਨ੍ਹਾਂ ਨੇ ਆਪਣਾ ਜੀਵਨ ਖੁਦਾ ਨੂੰ ਸਮਰਪਣ ਕੀਤਾ ਹੈ, ਉਹਨਾਂ ਦੇ ਲਈ ਖੁਦਾ ਦਾ, ਪਰਮੇਸ਼ਵਰ ਦਾ ਧੰਨਵਾਦ ਕਰਨ ਦਾ ਦਿਨ ਹੈ। ਖੁਦਾ ਹਮੇਸ਼ਾ ਚਰਚ ਦੇ ਇਤਿਹਾਸ ਦੇ ਵਿੱਚ ਅਸੀਂ ਵੇਖਾਂਗੇ, ਖੁਦਾ ਨੇ, ਪ੍ਰਭੂ ਯਿਸੂ ਮਸੀਹ ਨੇ ਨੌਜਵਾਨ ਲੜਕੇ ਲੜਕੀਆਂ, ਆਦਮੀ ਅਤੇ ਔਰਤਾਂ ਨੂੰ ਬੁਲਾਇਆ ਆਪਣਾ ਕੰਮ ਜਾਰੀ ਰੱਖਣ ਦੇ ਵਾਸਤੇ, ਆਪਣਾ ਪ੍ਰਚਾਰ ਦਾ ਕੰਮ ਜਾਰੀ ਰੱਖਣ ਦੇ ਵਾਸਤੇ ਖੁਦਾ ਨੇ, ਪ੍ਰਭੂ ਯਿਸੂ ਮਸੀਹ ਨੇ ਨੌਜਵਾਨ ਲੜਕੇ ਅਤੇ ਲੜਕੀਆਂ, ਆਦਮੀ ਅਤੇ ਔਰਤਾਂ ਨੂੰ ਚੁਣਿਆ, ਕਿਉਂਕਿ ਜੋ ਵੀ ਦੁਨੀਆਂ ਦੇ ਵਿੱਚ, ਸੰਸਾਰ ਦੇ ਵਿੱਚ ਬੁਰਿਆਈ ਹੈ, ਪਾਪ ਹੈ, ਗੁਨਾਹ ਹੈ, ਉਹਨਾਂ ਨੂੰ ਖਤਮ ਕਰਨ ਦੇ ਵਾਸਤੇ, ਉਹਨਾਂ ਨੂੰ ਫਿਨਿਸ਼ ਕਰਨ ਦੇ ਵਾਸਤੇ ਖੁਦਾ ਨੇ ਧਾਰਮਿਕ ਇਨਸਾਨਾਂ ਨੂੰ ਚੁਣਿਆ ਅਤੇ ਨਿਯੁਕਤ ਕੀਤਾ ਹੈ, ਤਾਂ ਕਿ ਪੂਰੇ ਸੰਸਾਰ ਦੇ ਵਿੱਚੋਂ, ਪੂਰੇ ਵਰਲਡ ਦੇ ਵਿੱਚੋਂ ਪਾਪ ਖਤਮ ਹੋ ਜਾਏ, ਗੁਨਾਹ ਖਤਮ ਹੋ ਜਾਏ, ਤਾਂ ਕਿ ਲੋਕ ਸੱਚਾਈ ਦੇ ਅਤੇ ਇਮਾਨਦਾਰੀ ਦੇ ਰਸਤਿਆਂ 'ਤੇ ਚੱਲਣਾ ਸ਼ੁਰੂ ਕਰ ਦੇਣ। ਇਸ ਕਰਕੇ ਆਓ ਅਸੀਂ ਬਾਪ, ਬੇਟਾ ਅਤੇ ਰੂਹ ਪਾਕ ਦੇ ਅੱਗੇ ਅਰਦਾਸ ਕਰੀਏ। ਸਾਰੇ ਚੁਣੇ ਹੋਏ ਜਿਨ੍ਹਾਂ ਨੇ ਆਪਣਾ ਧਾਰਮਿਕ ਲਾਈਫ ਸ਼ੁਰੂ ਕੀਤੀ ਹੈ, ਰਿਲੀਜੀਅਸ ਲਾਈਫ ਸ਼ੁਰੂ ਕੀਤੀ ਹੈ, ਜਦ ਆਪਣਾ ਜੀਵਨ ਖੁਦਾ ਨੂੰ ਦਿੱਤਾ ਹੈ, ਪ੍ਰਭੂ ਯਿਸੂ ਨੂੰ ਦਿੱਤਾ ਹੈ, ਜਿਨ੍ਹਾਂ ਨੇ ਆਪਣਾ ਪੂਰਾ ਲਾਈਫ ਖੁਦਾ ਨੂੰ ਅਰਪਣ ਕੀਤੀ ਹੈ, ਸਮਰਪਣ ਕੀਤੀ ਹੈ, ਖੁਦਾ ਉਹਨਾਂ ਸਾਰਿਆਂ ਨੂੰ ਆਪਣੀਆਂ ਬਰਕਤਾਂ ਦੇ ਨਾਲ ਮਾਲਾਮਾਲ ਕਰੇ, ਚੰਗੀ ਸਿਹਤ ਦਾ ਵਰਦਾਨ ਬਖਸ਼ੇ, ਤਾਂ ਕਿ ਖੁਦਾ ਦਾ ਕੰਮ, ਪ੍ਰਭੂ ਯਿਸੂ ਦਾ ਕੰਮ ਦਿਨ ਬ ਦਿਨ ਵਧਦਾ ਜਾਏ, ਉਨਤੀ ਕਰਤੀ ਜਾਏ। ਪ੍ਰਭੂ ਯਿਸੂ ਦੀ ਵਡਿਆਈ ਹੋਵੇ, ਪਵਿੱਤਰ ਆਤਮਾ ਦੀ ਵਡਿਆਈ ਹੋਵੇ, ਆਤਮਾ ਦੀ ਵਡਿਆਈ। ਹਾਲੇਲੂਇਆ, 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 ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾ ਭੈਣੋ ਅਤੇ ਬੱਚਿਓ, ਸੰਸਾਰ ਨੂੰ, ਦੁਨੀਆਂ ਨੂੰ ਆਦਮੀ ਅਤੇ ਔਰਤਾਂ ਦੀ ਜ਼ਰੂਰਤ ਹੈ, ਜੋ ਕਿ ਬੁਰਿਆਈ ਨੂੰ ਖਤਮ ਕਰਨ ਲਈ ਅੱਗੇ ਆਉਣਾ, ਖੁਦਾ ਨੂੰ, ਪਰਮੇਸ਼ਵਰ ਨੂੰ ਜ਼ਰੂਰਤ ਹੈ ਆਦਮੀ ਅਤੇ ਔਰਤਾਂ, ਤਾਂ ਕਿ ਉਹ ਅੱਗੇ ਆਉਣ। ਜੋ ਦੁਨੀਆਂ ਦੇ ਵਿੱਚ, ਸੰਸਾਰ ਦੇ ਵਿੱਚ ਬੁਰਿਆਈ ਪਾਈ ਜਾ ਰਹੀ ਹੈ, ਪਾਪ ਪਾਇਆ ਜਾ ਰਿਹਾ ਹੈ, ਗੁਨਾਹ ਪਾਇਆ ਜਾ ਰਿਹਾ ਹੈ, ਉਸ ਨੂੰ ਖਤਮ ਕਰਨ ਦੇ ਲਈ ਉਹ ਆਪਣੇ ਆਪ ਨੂੰ, ਉਹ ਆਦਮੀ ਅਤੇ ਔਰਤਾਂ ਆਪਣੇ ਆਪ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਣ ਕਰਨ, ਗਰੀਬੀ, ਸੁੱਤਾ ਅਤੇ ਆਗਿਆਕਾਰੀ ਬਣ ਕੇ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਜੋ ਬੁਰਿਆਈਆਂ ਪਾਈਆਂ ਜਾਂਦੀਆਂ ਹਨ, ਉਹਨਾਂ ਨੂੰ ਖਤਮ ਕਰਨ ਦੇ ਲਈ ਆਪਣਾ ਜੀਵਨ ਖੁਦਾ ਨੂੰ ਦੇਣ। ਹਾਲੇਲੂਇਆ, 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 ਹਾਲੇਲੂਇਆ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਸੰਤ ਮਤੀ ਦੀ ਅੰਜੀਲ 9:36-38 ਆਇਤ ਦੇ ਵਿੱਚ ਕਿਹਾ, ਫਸਲ ਤਾਂ ਬਹੁਤ ਹੈ ਪਰ ਵਾਢੇ ਬਹੁਤ ਥੋੜ੍ਹੇ ਹਨ, ਫਸਲ ਦੇ ਮਾਲਕ ਦੇ ਅੱਗੇ ਪ੍ਰਾਰਥਨਾ ਕਰੋ ਤਾਂ ਕਿ ਫਸਲ ਨੂੰ ਵੱਢਣ ਦੇ ਲਈ ਹੋਰ ਕਾਮੇ ਭੇਜੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਥੇ ਪ੍ਰਭੂ ਯਿਸੂ ਮਸੀਹ ਕਣਕ ਜਾਂ ਝੋਨੇ ਬਾਰੇ ਨਹੀਂ ਕਹਿ ਰਿਹਾ, ਇੱਥੇ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਹੈ ਕਿ ਕਲੀਸਿਆ ਬਹੁਤ ਹੈ, ਵਿਸ਼ਵਾਸੀ ਬਹੁਤ ਹਨ, ਫੇਥਫੁਲ ਬਹੁਤ ਹਨ, ਪਰ ਉਹਨਾਂ ਨੂੰ ਵਚਨ ਦੇਣ ਵਾਲੇ ਬਹੁਤ ਥੋੜ੍ਹੇ ਹਨ, ਬਹੁਤ ਥੋੜ੍ਹੇ ਹਨ। ਇਸ ਕਰਕੇ ਫਸਲ ਨੂੰ
ਵਧਣ ਦੇ ਲਈ ਕਾਮਿਆਂ ਦੀ ਜ਼ਰੂਰਤ ਹੈ। ਫਸਲ ਕਲੀਸਿਆਂ ਨੂੰ ਵਿਸ਼ਵਾਸੀਆਂ ਨੂੰ ਵਚਨ ਦੇਣ ਦੇ ਲਈ ਉਹਨਾਂ ਦੀ ਦੇਖ ਰੇਖ ਕਰਨ ਦੇ ਲਈ ਬਰੋਤਾਂ ਦੀ ਜ਼ਰੂਰਤ ਹੈ। ਧਾਰਮਿਕ ਜੀਵਨ ਸਿਸਟਰਾਂ ਦੀ ਜ਼ਰੂਰਤ ਹੈ ਤਾਂ ਕਿ ਉਹ ਸਾਰੇ ਅੱਗੇ ਆ ਕੇ ਇਹਨਾਂ ਲੋਕਾਂ ਨੂੰ ਦੇਖ ਸਕਣ, ਇਹਨਾਂ ਨੂੰ ਭਲਾਈ ਦੇ ਰਸਤੇ 'ਤੇ ਪਾ ਸਕਣ। ਇਹਨਾਂ ਦੇ ਵਿੱਚ ਜੋ ਬੁਰਿਆਈ ਪਾ ਜਾਂਦੀ ਹੈ ਉਹਨਾਂ ਨੂੰ ਸਹੀ ਰਸਤਾ ਦਿਖਾ ਸਕਣ, ਇਹ ਪ੍ਰਭੂ ਯਿਸੂ ਮਸੀਹ ਮੰਗ ਕਰ ਰਿਹਾ ਹੈ। ਫਸਲ ਤਾਂ ਬਹੁਤ ਹੈ ਪਰ ਵਾਢੇ ਬਹੁਤ ਥੋੜ੍ਹੇ ਹਨ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਪ੍ਰਭੂ ਯਿਸੂ ਨੂੰ ਜ਼ਰੂਰਤ ਹੈ, ਖੁਦਾ ਬਾਪ ਨੂੰ ਵੀ ਜ਼ਰੂਰਤ ਹੈ। ਅੱਜ ਜਦੋਂ ਚਰਚ ਦੇ ਇਤਿਹਾਸ ਨੂੰ ਵੇਖਿਆ ਜਾਏ, ਯੂਰਪ ਦੇ ਦੇਸ਼ਾਂ ਦੇ ਵਿੱਚ ਖੁਦਾ ਨੇ, ਪ੍ਰਭੂ ਯਿਸੂ ਨੇ ਜਮਾਤਾਂ ਨੂੰ ਹੋਈਆਂ ਹਨ ਜਿਨ੍ਹਾਂ ਨੇ ਖੁਦਾ ਦਾ ਵਚਨ ਦੁਨੀਆ ਦੇ ਵਾਸਤੇ, ਲੋਕਾਂ ਦੇ ਵਾਸਤੇ ਐਜੂਕੇਸ਼ਨ ਸਿੱਖਿਆ ਦੇ ਅਦਾਰੇ ਖੋਲ੍ਹੇ ਤਾਂ ਕਿ ਜੋ ਲੋਕ ਹਨ ਉਸ ਤੋਂ ਸਿੱਖਿਆ ਹਾਸਲ ਕਰ ਸਕਣ। ਗਰੀਬ ਲਾਚਾਰਾਂ ਦੀ ਉਹਨਾਂ ਨੇ ਸੇਵਾ ਪੱਕ ਕੀਤੀ ਹੈ। ਉਸ ਤੋਂ ਬਾਅਦ ਕੈਪੁਚਨ ਫਾਦਰਸ, ਕੈਪੁਚਨ ਜਮਾਤ ਦੇ ਫ੍ਰਾਂਸਿਸਕਨ ਫਾਦਰਾਂ ਨੇ, ਉਹਨਾਂ ਨੇ ਗੰਦੀਆਂ ਗਲੀਆਂ ਦੇ ਵਿੱਚ ਚੱਲੇ ਨੇ, ਨੰਗੇ ਪੈਰੀ ਚੱਲੇ ਨੇ, ਲੋਕਾਂ ਦੀ ਮਦਦ ਕਰਨ ਲਈ, ਲੋਕਾਂ ਦੀ ਸਹਾਇਤਾ ਕਰਨ ਦੇ ਲਈ, ਲੋਕ ਗਰੀਬ ਲੋਕਾਂ ਨੂੰ ਉੱਪਰ ਚੁੱਕਣ ਦੇ ਲਈ ਉਹਨਾਂ ਨੇ ਆਪਣਾ ਜੀਵਨ ਕੁਰਬਾਨ ਕੀਤਾ। ਉਸ ਤੋਂ ਬਾਅਦ ਡੋਮਨੀਕਨ ਫਾਦਰਸ, ਉਹ ਵੀ ਆਏ ਹਨ ਜਿਨ੍ਹਾਂ ਨੇ ਲੋਕਾਂ ਨੂੰ ਥਿਓਲੋਜੀ ਸਿਖਾਈ ਹੈ, ਖੁਦਾ ਬਾਰੇ, ਪਰਮੇਸ਼ਵਰ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਵੀ ਸਿੱਖਿਆ ਦੇ ਕੇਂਦਰ ਖੋਲ੍ਹੇ, ਗਰੀਬਾਂ ਨੂੰ ਉਹਨਾਂ ਦੀ ਮਦਦ ਅਤੇ ਸਹਾਇਤਾ ਕੀਤੀ। ਉਸ ਤੋਂ ਬਾਅਦ ਔਰਤਾਂ ਸਿਸਟਰਾਂ ਕਹਿ ਦਿਓ, ਸਿਸਟਰ ਸਾਹਿਬਾਨਾਂ ਨੇ ਵੀ ਆਪਣੇ ਕੌਨਵੈਂਟ ਖੋਲ੍ਹੇ, ਭਲਾਈ ਦੇ ਕੰਮ ਕੀਤੇ, ਚੰਗਿਆਈ ਦੇ ਕੰਮ ਕੀਤੇ, ਗਰੀਬਾਂ ਨੂੰ ਉੱਪਰ ਚੁੱਕਣ ਦੇ ਲਈ ਆਪਣਾ ਜੀਵਨ ਲਗਾ ਦਿੱਤਾ। ਸਕੂਲ ਖੋਲ੍ਹੇ, ਯਤੀਮ ਆਸ਼ਰਮ ਖੋਲ੍ਹੇ, ਡਿਸਪੈਂਸਰੀਆਂ ਖੋਲ੍ਹੀਆਂ ਤਾਂ ਕਿ ਲੋਕਾਂ ਦੀ ਉਹ ਸੇਵਾ ਕਰ ਸਕਣ। ਜੋ ਆਪਣੇ ਆਪ ਨਹੀਂ ਚੱਲ ਸਕਦੇ ਸਨ ਉਹਨਾਂ ਨੂੰ ਚੱਲਣਾ ਸਿਖਾਇਆ। ਜਿਹੜੇ ਬਿਮਾਰ ਸਨ ਉਹਨਾਂ ਦੀ ਟ੍ਰੀਟਮੈਂਟ ਕੀਤੀ। ਇਹ ਹੈ ਆਦਮੀ ਅਤੇ ਔਰਤਾਂ ਦਾ ਚਰਚ ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਖੁਦਾ ਨੂੰ ਅਪਣਾਇਆ, ਆਪਣਾ ਜੀਵਨ ਖੁਦਾ ਨੂੰ ਦਿੱਤਾ, ਆਪਣਾ ਜੀਵਨ ਖੁਦਾ ਦੇ ਚਰਨਾਂ ਵਿੱਚ ਸਮਰਪਣ ਕੀਤਾ ਅਤੇ ਉਹੀ ਖੁਦਾ ਦੀ ਇੱਛਾ ਸੀ ਅਤੇ ਉਹਨਾਂ ਨੇ ਖੁਦਾ ਦੀ ਇੱਛਾ ਦੇ ਲਈ ਕੰਮ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਅੱਜ ਅਸੀਂ ਵੇਖਦੇ ਹਾਂ, ਅੱਜ ਉਹ ਖੁਦਾ, ਉਹ ਪ੍ਰਭੂ ਯਿਸੂ ਸਾਨੂੰ ਵੀ ਸਾਰਿਆਂ ਨੂੰ, ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਬੁਲਾ ਰਿਹਾ ਹੈ। ਫਸਲ ਕਲੀਸਿਆ ਇੰਨੀ ਹੋ ਚੁੱਕੀ ਹੈ, ਵਿਸ਼ਵਾਸੀ ਇੰਨੇ ਹੋ ਚੁੱਕੇ ਹਨ, ਉਹਨਾਂ ਨੂੰ ਵਚਨ ਦੇਣ ਵਾਲੇ, ਉਹਨਾਂ ਨੂੰ ਬਾਣੀ ਦੇਣ ਵਾਲੇ ਬਹੁਤ ਥੋੜ੍ਹੇ ਹਨ। ਇਸ ਦੀ ਪ੍ਰਭੂ ਯਿਸੂ ਮਸੀਹ ਨੂੰ ਜ਼ਰੂਰਤ ਸੀ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਅਮੀਰ ਆਦਮੀ ਨੂੰ ਆਖਿਆ, ਕਿਉਂਕਿ ਇੱਕ ਅਮੀਰ ਆਦਮੀ ਪ੍ਰਭੂ ਯਿਸੂ ਦੇ ਕੋਲ ਆਉਂਦਾ, ਅਨੰਤ ਦਾ ਜੀਵਨ ਪ੍ਰਾਪਤ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਪ੍ਰਭੂ ਯਿਸੂ ਮਸੀਹ ਉਹਨੂੰ ਕਹਿੰਦਾ, ਹੁਕਮਾਂ ਦੀ ਪਾਲਣਾ ਕਰ, ਹੁਕਮਾਂ ਦੀ ਪਾਲਣਾ ਕਰ। ਅਤੇ ਉਹ ਕਹਿੰਦਾ ਕਿ ਮੈਂ ਬਚਪਨ ਤੋਂ ਹੀ ਹੁਕਮ ਦੀ ਪਾਲਣਾ ਕਰਦਾ ਆ ਰਿਹਾ ਹਾਂ। ਪ੍ਰਭੂ ਯਿਸੂ ਮਸੀਹ ਕਹਿੰਦਾ, ਸ਼ਾਬਾਸ਼, ਵਧੀਆ ਹੈ, ਪਰ ਤੇਰੀ ਲਾਈਫ ਅਤੇ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਦੀ ਜ਼ਰੂਰਤ ਹੈ। ਜਾ, ਆਪਣਾ ਸਭ ਕੁਝ ਵੇਚ ਕੇ ਮੇਰੀ ਪੈਰਵਾਈ ਕਰ, ਤੂੰ ਸਵਰਗ ਵਿੱਚ ਧਨ ਇਕੱਠਾ ਕਰੇਗਾ। ਹਾਲੇਲੂਯਾ, 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 ਹਾਲੇਲੂਯਾ। ਇਸ ਲਈ ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਉਹ ਅਮੀਰ ਆਦਮੀ ਸੀ, ਬੜਾ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ ਅਤੇ ਚਲਾ ਗਿਆ। ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦਾ, ਅਮੀਰ ਆਦਮੀ ਦਾ ਸਵਰਗ ਦੇ ਵਿੱਚ ਜਾਣਾ ਬੜਾ ਮੁਸ਼ਕਲ ਹੈ,
ਬੜਾ ਡਿਫਿਕਲਟ ਹੈ। ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਜੀ ਗੁਜ਼ਰ ਗਾਣਾ ਠੀਕ ਹੈ, ਪਰ ਅਮੀਰ ਆਦਮੀ ਦਾ ਸਵਰਗ ਜਾਣਾ ਬਹੁਤ ਔਖਾ ਹੈ। ਹਲੇਲੂਯਾ 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 ਹਲੇਲੂਯਾ। ਪਰ ਉਹ ਆਦਮੀ ਉਦਾਸ ਹੋ ਗਿਆ ਤੇ ਚਲਾ ਗਿਆ। ਕਈ ਸਦੀਆਂ ਬਹੁਤ ਸਾਰਿਆਂ ਨੇ ਆਪਣਾ ਜੀਵਨ ਖੁਦਾ ਨੂੰ ਸਮਰਪਣ ਕੀਤਾ। ਉਹ ਸਾਰੇ ਆਦਮੀਆਂ ਦੀ ਔਰਤਾਂ ਨੂੰ ਧਾਰਮਿਕ ਆਖਿਆ ਜਾਂਦਾ ਹੈ, ਬਾਜ ਤੋਂ ਕਈ ਹਜ਼ਾਰ ਸਾਲ ਪਹਿਲਾਂ। ਅਤੇ ਅੱਜ ਕੱਲ੍ਹ ਵੀ ਬਹੁਤ ਸਾਰੇ ਆਦਮੀ ਅਤੇ ਔਰਤਾਂ ਨੇ ਆਪਣਾ ਜੀਵਨ ਖੁਦਾ ਨੂੰ ਦਿੱਤਾ ਹੈ, ਖੁਦਾ ਨੂੰ ਸਮਰਪਣ ਕੀਤਾ ਹੈ, ਉਹਨਾਂ ਨੂੰ ਧਾਰਮਿਕ ਕਿਹਾ ਜਾਂਦਾ ਹੈ। ਹਲੇਲੂਯਾ 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 ਹਲੇਲੂਯਾ। ਇਸ ਕਰਕੇ ਧਾਰਮਿਕ ਜੀਵਨ ਜਾਂ ਸਮਰਪਿਤ ਜੀਵਨ ਇੱਕ ਸੌਖਾ ਜੀਵਨ ਨਹੀਂ ਹੈ। ਇਸ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ, ਤਕਲੀਫਾਂ ਆਉਂਦੀਆਂ ਹਨ, ਕਠਿਨਾਈਆਂ ਆਉਂਦੀਆਂ ਹਨ, ਅਤੇ ਉਹਨਾਂ ਦਾ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਮੁਸ਼ਕਲਾਂ ਤਕਲੀਫਾਂ ਦਾ ਸਾਹਮਣਾ ਕੀਤਾ, ਸੱਚਮੁੱਚ ਖੁਦਾ ਨੇ ਉਹਨਾਂ ਨੂੰ ਬਰਕਤਾਂ ਦਿੱਤੀਆਂ, ਆਸਾਂ ਦਿੱਤੀਆਂ। ਇਸ ਕਰਕੇ ਇੱਕ ਧਾਰਮਿਕ ਜੀਵਨ ਦੇ ਵਾਸਤੇ, ਇੱਕ ਸਮਰਪਿਤ ਜੀਵਨ ਦੇ ਵਾਸਤੇ ਗਰੀਬੀਪਣ, ਇੱਕ ਗਰੀਬੀਪਣ ਦਾ ਜੀਵਨ ਬਤੀਤ ਕਰਨਾ ਬਹੁਤ ਜ਼ਰੂਰੀ ਹੈ। ਗਰੀਬੀ ਦੇ ਵਾਅਦੇ ਰਾਹੀਂ ਇੱਕ ਧਾਰਮਿਕ ਆਪਣੀ ਪੂਰੀ ਜ਼ਿੰਦਗੀ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰਦਾ ਹੈ। ਗਰੀਬੀਪਣ ਦੇ ਦੁਆਰਾ ਇੱਕ ਧਾਰਮਿਕ ਆਪਣਾ ਜੀਵਨ ਪੂਰੀ ਲਾਈਫ ਖੁਦਾ ਨੂੰ ਸਮਰਪਣ ਕਰਦਾ ਹੈ। ਹਲੇਲੂਯਾ 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 ਹਲੇਲੂਯਾ। ਇਸ ਦੇ ਵਾਅਦੇ ਦੇ ਰਾਹੀਂ ਉਹ ਯਿਸੂ ਮਸੀਹ ਵਾਂਗ ਗਰੀਬ ਬਣ ਜਾਂਦਾ ਹੈ। ਇਹ ਵਾਅਦੇ ਨੂੰ ਪੂਰਾ ਕਰਨ ਦੇ ਰਾਹੀਂ, ਇਸ ਵਾਅਦੇ ਮਿਲਣ ਦੇ ਰਾਹੀਂ ਉਹ ਯਿਸੂ ਮਸੀਹ ਦੇ ਵਾਂਗ ਬਣ ਜਾਂਦਾ ਹੈ। ਇਹਨੇ ਇਸ ਵਾਅਦੇ ਦੇ ਰਾਹੀਂ ਉਹ ਗਰੀਬਾਂ ਦੀ ਜ਼ਿੰਦਗੀ ਨੂੰ ਵਡਾਉਂਦਾ ਹੈ, ਗਰੀਬਾਂ ਦੀ ਜ਼ਿੰਦਗੀ ਦੇ ਨਾਲ ਆਪਣੀ ਜ਼ਿੰਦਗੀ ਸ਼ੇਅਰ ਕਰਦਾ ਹੈ। ਖੁਦਾ ਦਾ ਵਚਨ ਫੈਲਾਉਣ ਲਈ ਇਹਦੇ ਇੱਕ ਚੰਗਾ ਤਰੀਕਾ ਹੈ। ਖੁਦਾ ਦਾ ਬੱਚਾ ਬਣ ਕੇ, ਗਰੀਬ ਬਣ ਕੇ ਲੋਕਾਂ ਨੂੰ ਵਚਨ ਸੁਣਾਉਣਾ। ਹਲੇਲੂਯਾ 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 ਹਲੇਲੂਯਾ। ਗਰੀਬੀ ਦਾ ਗਰੀਬੀ ਇੱਕ ਗਰੀਬ ਰਹਿ ਕੇ ਪ੍ਰਭੂ ਯਿਸੂ ਮਸੀਹ ਆਪ ਇਸ ਦੁਨੀਆ ਦੇ ਉੱਤੇ ਗਰੀਬ ਬਣ ਕੇ ਆਇਆ, ਉਹਨੇ ਖੁਰਲੀ ਦੇ ਵਿੱਚ ਜਨਮ ਲਿਆ। ਜੇਕਰ ਖੁਦਾ ਚਾਹੁੰਦਾ, ਪਰਮੇਸ਼ੁਰ ਚਾਹੁੰਦਾ ਤੇ ਉਹ ਵੀ ਮਹੱਲ ਵਿੱਚ ਜਨਮ ਲੈ ਸਕਦਾ ਸੀ, ਪਰ ਨਹੀਂ, ਖੁਦਾ ਦੀ ਮਰਜ਼ੀ ਸੀ, ਪਰਮੇਸ਼ੁਰ ਦੀ ਮਰਜ਼ੀ ਸੀ ਕਿ ਪ੍ਰਭੂ ਯਿਸੂ ਖੁਰਲੀ ਵਿੱਚ ਜਨਮ ਲਏ। ਹਲੀਮ ਬਣ ਕੇ ਆਇਆ, ਨੀਵਾਂ ਇਨਸਾਨ ਬਣ ਕੇ ਆਇਆ। ਪ੍ਰਭੂ ਯਿਸੂ ਮਸੀਹ ਵੀ ਸਾਨੂੰ ਸਾਰਿਆਂ ਨੂੰ ਹਲੀਮ ਬਣਨ ਦੇ ਵਾਸਤੇ, ਗਰੀਬ ਬਣਨ ਦੇ ਵਾਸਤੇ ਅਤੇ ਆਪਣਾ ਜੀਵਨ ਖੁਦਾ ਨੂੰ, ਪ੍ਰਭੂ ਯਿਸੂ ਨੂੰ ਦੇਣ ਦੇ ਵਾਸਤੇ ਅੱਜ ਖਾਸ ਕਰਕੇ ਨੌਜਵਾਨ ਲੜਕੇ ਦੇ ਲੜਕਿਆਂ ਨੂੰ ਬੁਲਾ ਰਿਹਾ ਹੈ। ਹਲੇਲੂਯਾ 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 ਹਲੇਲੂਯਾ। ਅਤੇ ਇੱਕ ਸ਼ੁੱਧਤਾ ਵਾਲਾ ਜੀਵਨ, ਜੋ ਪ੍ਰਭੂ ਯਿਸੂ ਨੂੰ ਆਪਣਾ ਜੀਵਨ ਦੇਣਾ ਚਾਹੁੰਦਾ ਹੈ, ਜੋ ਪ੍ਰਭੂ ਯਿਸੂ ਨੂੰ ਆਪਣਾ ਜੀਵਨ ਸਮਰਪਣ ਕਰਨਾ ਚਾਹੁੰਦਾ ਹੈ, ਸੱਚਮੁੱਚ ਉਸਨੇ ਸ਼ੁੱਧ ਰਹਿਣ ਦੇ ਲਈ, ਸ਼ੁੱਧਤਾ ਦਾ ਜੀਵਨ ਬਤੀਤ ਕਰਨ ਦੇ ਲਈ ਆਪਣੇ ਜਿਉਂਦੇ ਸਰੀਰ ਨੂੰ ਖੁਦਾ ਨੂੰ ਸਮਰਪਣ ਕਰਨਾ ਹੈ, ਆਪਣੇ ਪੂਰੇ ਸਰੀਰ ਨੂੰ ਖੁਦਾ ਨੂੰ ਦੇਣਾ ਹੈ। ਉਹ ਖੁਦਾ ਨੂੰ ਖੁਸ਼ ਕਰਦਾ ਹੈ ਜਦੋਂ ਆਪਣਾ ਪੂਰਾ ਜੀਵਨ ਖੁਦਾ ਨੂੰ ਦਿੰਦਾ ਹੈ, ਪਰਮੇਸ਼ੁਰ ਨੂੰ ਦਿੰਦਾ ਹੈ, ਤਾਂ ਉਹ ਖੁਦਾ ਨੂੰ ਖੁਸ਼ ਕਰਦਾ ਹੈ। ਹਲੇਲੂਯਾ। ਰੋਮ ਦੀ ਵਿਸ਼ਵਾਸ ਸੰਗਤ ਨੂੰ ਪੱਤਰ 12:1, ਤੁਸੀਂ ਆਪਣੇ ਸਰੀਰ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਮਨ ਪਾਉਂਦੀ ਬਲੀ ਦੇ ਰੂਪ ਵਿੱਚ ਖੁਦਾ ਲਈ ਪੇਸ਼ ਕਰੋ, ਜੋ ਕਿ ਤੁਹਾਡੀ ਰੂਹਾਨੀ ਆਰਾਧਨਾ ਹੈ। ਉਹ ਖੁਦਾ ਨੂੰ ਆਪਣੇ ਦਿਲ ਦਿੰਦਾ ਹੈ, ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਖੁਦਾ ਨੂੰ ਦੇ ਦਿੰਦਾ ਹੈ, ਉਹ ਖੁਦਾ ਨੂੰ ਪੂਰੇ ਮਨ ਅਤੇ ਤਨ ਨਾਲ ਪਿਆਰ ਕਰਦਾ ਹੈ। ਹਲੇਲੂਯਾ ਹਲੇਲੂਯਾ। ਜੋ ਇਨਸਾਨ ਆਪਣਾ ਜੀਵਨ, ਆਪਣੀ ਲਾਈਫ ਖੁਦਾ ਨੂੰ ਦਿੰਦਾ ਹੈ, ਆਪਣੇ ਤਨ ਅਤੇ ਮਨ ਦੇ ਨਾਲ ਖੁਦਾ ਨੂੰ ਦਿੰਦਾ ਹੈ, ਤੇ ਖੁਦਾ ਉਸ ਨੂੰ ਪਿਆਰ ਕਰਦਾ ਹੈ, ਪ੍ਰੇਮ ਕਰਦਾ ਹੈ। ਹਲੇਲੂਯਾ ਹਲੇਲੂਯਾ ਹਲੇਲੂਯਾ। ਤੀਸਰਾ ਹੈ ਆਗਿਆਕਾਰੀ। ਪਹਿਲਾ ਕੀ ਸੀ? ਗਰੀਬੀਪਣ, ਦੂਸਰਾ ਸੁੱਧਤਾ, ਤੀਸਰਾ ਆਗਿਆਕਾਰੀ। ਇੱਕ ਧਾਰਮਿਕ ਜੀਵਨ ਦੇ ਵਾਸਤੇ
एक समर्पण जीवन दे वास्ते ये तीन चीज़ां साड़ी लाइफ दे विच खुदा दे रस्तियां दे चलन लई उहदे पाए हुए पूने दे चलन लई बहुत जरूरी हन। तीसरा है आज्ञाकारी। आज्ञाकारी दे वादे अनुसार धार्मिक जीवन वाला इंसान खुदा दी आज्ञा दे मुताबक चलन दा वायदा करता है। मौत तक खुदा दी मर्जी दे मुताबक खुदा दा वचन वचन फैलाउन लगता है। हालेलुया 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 हालेलुया। आज्ञाकारी दे वादे अनुसार धार्मिक जीवन वाला इंसान खुदा दी आज्ञा मुताबक चलता है अते वायदा करता है। मौत तक वो खुदा दी आज्ञा ते चलता रहिंदा है। हालेलुया। अते उहदे वचन नूं फैलाउंदा रहिंदा, उहदी बाणी नूं फैलाउंदा रहिंदा है। खुदा दी मर्जी पूरी करता है, उहदी इच्छा पूरी करता है। जिस तरह प्रभु यीशु मसीह कहिंदा मैं अपनी नहीं अपने कलण वाले बाप दी मर्जी पूरी करन वास्ते आया हाँ। हालेलुया हालेलुया। प्रभु यीशु मसीह ने कोई भी कम, भलाई का कम, चंगाई का कम, चमत्कारी कम, अद्भुत कम अपनी मर्जी के मुताबक नहीं किया। प्रभु यीशु मसीह ने कोई भी चमत्कारी कम, भलाई का कम उन्हें अपने बाप के अगे प्रार्थना करने के द्वारा किया, बाप की परमिशन द्वारा किया, उन्हें कदे भी अपनी मर्जी नहीं की। इस करके प्रभु यीशु अपने बाप दे आज्ञाकार सी, आज्ञाकार रहा, मौत तक अपने बाप दा आज्ञाकार रहा। इस करके जो असी भी अपना जीवन खुदा नू देना है, प्रभु यीशु नू देना है, तो सानू भी आज्ञाकारी रहन दी लोड़ है। हालेलुया। प्रभु यीशु कहता मैं सेवा करौन लई नहीं आया, मैं सेवा करन लई आया हाँ। हालेलुया। उन्हें अपना पूरा जीवन मानव जाति की भलाई दे लगा दिता। उसने 32 चमत्कार किए, 57 कहानियां इस्तेमाल कीतिया। अदे जो भी उन्हें चमत्कार किया अपने बाप की आज्ञा लई, अपने बाप की परमिशन लई। इसलिए प्रभु यीशु मसीह विच मेरे प्यारे भराओ ते भैणो, धार्मिक जीवन जा समर्पण जीवन एक खुदा वालों तोहफा है। वकेशन एक तोहफा है, खुदा वालों, परमेश्वर वालों तोहफा है, प्रभु यीशु वालों तोहफा है। सचमुच जिन्हों ने अपना जीवन खुदा नूं दिता है, परमेश्वर नूं दिता है, सचमुच वो एक तोहफा है। खुदा ने तोहफा है, तोहफे के तौर पर उन्हें सानूं दिता है। तो सचमुच बहुत सारे महान संत ते संतनियां हिंदुस्तान दे विच पैदा होए ने, जिन्होंने सचमुच बड़े तन, बड़े मन, बड़ी इमानदारी दे नाल, बड़ी सच्चाई दे नाल, तन दे नाल, मन दे नाल मानव जाति की भलाई की है। खुदा दे प्रभु यीशु दे रस्तियां दे चले ने। उन्होंने प्रभु यीशु जिस तरह कहता कि आने वाले समय दे विच तुहानू बहुत सारे तसीहे सहने पैणगे, तुहानू मुश्किलों का सामना करना पवेगा। इस तरह जो महान संत दे संतनियां बनिया हन, उन्होंने खुदा दे लई, प्रभु यीशु दे लई, मानव जाति दे लई बड़िया मुश्किलां, तकलीफां, कठिनाइयां का सामना किया है। हालेलुया हालेलुया हालेलुया। तुसीं वेख रहे हो फादर दे सिस्टर साहबाना उते, पर अजकल खुदा का वचन फैलाउणा, प्रभु यीशु की बाणी फैलाउणी एक सौखा काम नहीं है। खुदा का कम सदा तो है, सदा तक जारी रहना बहुत जरूरी है। हालेलुया हालेलुया। बहुत सारे ने खुदा दे लई, प्रभु यीशु दे लई, मानव जाति दे लई बहुत सारे फादर सिस्टर संता दे संतरियां जड़े बड़े हन खुदा दे लई अपना जीवन कुरबान कर दिता है। इस करके प्रभु यीशु मसीह विच मेरे प्यारे भराओ ते भैणो, आओ असी खास करके जदों असी छाती मारांगे प्रभु यीशु मसीह जिंदगी वाल छाती मारांगे, प्रभु यीशु मसीह ने सब तो पहला इंद्रियास, जकूब, जहूना, पतरस नूं बुलाया, जदों गया जबदी दे पुत्र अपने बाप दे नाल जाल गंढ रहे सन,
ਜਦੋਂ ਮੱਛੀਆਂ ਫੜ ਰਹੇ ਸਨ, ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਬੁਲਾਇਆ, ਮੇਰੀ ਪੈਰਵਾਈ ਕਰੋ, ਮੈਂ ਤੁਹਾਨੂੰ ਆਦਮੀਆਂ ਦੇ ਫੜਨ ਵਾਲਾ ਬਣਾਵਾਂਗਾ। ਹਾਲੇਲੂਯਾ। ਮੇਰੀ ਪੈਰਵਾਈ ਕਰੋ, ਮੈਂ ਤੁਹਾਨੂੰ ਆਦਮੀਆਂ ਦੇ ਫੜਨ ਵਾਲਾ ਬਣਾਵਾਂਗਾ। ਹਾਲੇਲੂਯਾ। 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 ਪਰਮੇਸ਼ਰ ਦੀ ਵਡਿਆਈ ਹੋਵੇ, ਪ੍ਰਭੂ ਯਿਸੂ ਦੀ ਵਡਿਆਈ ਹੋਵੇ। ਹਾਲੇਲੂਯਾ। ਹਾਲੇਲੂਯਾ। ਪ੍ਰਭੂ ਯਿਸੂ ਮਸੀਹ ਮਤੀ ਦੀ ਇੰਜੀਲ 16 ਬਾਬ 24 ਆਦ ਦੇ ਵਿੱਚ ਕਹਿੰਦਾ, ਜੇਕਰ ਕੋਈ ਮੇਰੀ ਪੈਰਵਾਈ ਕਰਨਾ ਚਾਹੁੰਦਾ ਹੈ, ਉਹਨੂੰ ਆਪਣੇ ਆਪ ਦਾ ਤਿਆਗ ਕਰਨਾ ਪਵੇਗਾ, ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਪਵੇਗਾ। ਹਾਲੇਲੂਯਾ। ਜੋ ਆਪਣੀ ਜਾਨ ਨੂੰ ਬਚਾਉਂਦਾ ਹੈ ਉਹਨੂੰ ਗਵਾਵੇਗਾ, ਜੋ ਗਵਾਉਂਦਾ ਹੈ ਉਹਨੂੰ ਬਚਾਏਗਾ। ਹਾਲੇਲੂਯਾ। 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 ਪਰਮੇਸ਼ਵਰ ਦੀ ਵਡਿਆਈ ਹੋਵੇ, ਪਰਮੇਸ਼ਵਰ ਦੀ ਵਡਿਆਈ ਹੋਵੇ, ਪ੍ਰਭੂ ਯਿਸੂ ਦੀ ਵਡਿਆਈ ਹੋਵੇ, ਪ੍ਰਭੂ ਯਿਸੂ ਦੀ ਵਡਿਆਈ ਹੋਵੇ, ਪਵਿੱਤਰ ਆਤਮਾ ਦੀ ਵਡਿਆਈ ਹੋਵੇ, ਪਵਿੱਤਰ ਆਤਮਾ ਦੀ ਵਡਿਆਈ ਹੋਵੇ। ਹਾਲੇਲੂਯਾ। 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 ਸੰਤ ਪਾਪਾ ਫ੍ਰਾਂਸਿਸ, ਜਦੋਂ ਕਿ ਦਸੰਬਰ 2014 ਦੇ ਵਿੱਚ ਪੋਪ ਫ੍ਰਾਂਸਿਸ ਦੇ ਰਸੂਲੀ ਪੱਤਰ ਧਾਰਮਿਕ ਔਰਤਾਂ ਦੇ ਆਦਮੀਆਂ ਦੇ ਪਵਿੱਤਰ ਜੀਵਨ ਦੇ ਸਮਰਪਣ ਹੈ, ਉਹ ਕਹਿੰਦਾ, ਮੈਂ ਸੰਤ ਪਤਰਸ ਦੇ ਉੱਤਰ ਅਧਿਕਾਰੀ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਉਦੇਸ਼ ਦੇ ਰਿਹਾ ਹਾਂ, ਜਿਸ ਨੂੰ ਖੁਦਾ ਨੇ ਇਹਨਾਂ ਭੈਣ ਭਰਾਵਾਂ ਨੂੰ, ਮੇਰੇ ਭੈਣ ਭਰਾਵਾਂ ਨੂੰ ਵਿਸ਼ਵਾਸ ਵਿੱਚ ਵਧਣ ਦੀ ਜ਼ਿੰਮੇਵਾਰੀ ਦਿੱਤੀ ਹੈ। ਕਹਿੰਦਾ, ਮੈਂ ਪਤਰਸ ਦਾ ਉੱਤਰ ਅਧਿਕਾਰੀ ਹੋਣ ਦੇ ਨਾਤੇ ਮੈਨੂੰ ਇਹਨਾਂ ਇਹ ਸਭ ਭੈਣ ਭਰਾਵਾਂ ਨੂੰ ਵਿਸ਼ਵਾਸ ਦੇ ਵਿੱਚ ਵਧਣ ਦੇ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ, ਰਿਸਪੋਂਸੀਬਿਲਟੀ ਦਿੱਤੀ ਗਈ ਹੈ। ਅਤੇ ਉਹ ਆਪਣੇ ਤਿੰਨ ਉਦੇਸ਼ ਦਿੰਦਾ ਹੈ। ਸਾਡੀ ਸਮਰਪਣ ਜ਼ਿੰਦਗੀ ਦਾ ਪਹਿਲਾ ਉਦੇਸ਼, ਸਭ ਤੋਂ ਪਹਿਲਾਂ ਆਪਣੀ ਪੁਰਾਣੀ ਜ਼ਿੰਦਗੀ ਦੇ ਬਾਰੇ ਝਾਤੀ ਮਾਰਨੀ ਅਤੇ ਖੁਦਾ ਦਾ ਧੰਨਵਾਦ ਕਰਨਾ। ਪਹਿਲਾ ਉਦੇਸ਼ ਹੈ ਆਪਣੀ ਪੁਰਾਣੀ ਜ਼ਿੰਦਗੀ ਵੱਲ ਝਾਤੀ ਮਾਰਨੀ ਅਤੇ ਬੀਤੇ ਸਮੇਂ ਨੂੰ ਦਾ ਧੰਨਵਾਦ ਕਰਨਾ ਹੈ। ਪੁਰਾਣੀ ਜ਼ਿੰਦਗੀ ਤੁਸੀਂ ਦੇਖਦੇ ਹੋ, ਬਹੁਤ ਸਾਰੇ ਪਾਪੀ ਗੁਨਾਹਗਾਰ ਇਨਸਾਨ ਹੋਏ ਨੇ। ਜਿਸ ਤਰ੍ਹਾਂ ਮਤੀ ਟੈਕਸ ਲੈਣ ਵਾਲਾ ਇੱਕ ਪਾਪਮਈ ਜੀਵਨ ਬਤੀਤ ਕਰ ਰਿਹਾ ਸੀ, ਪਾਪ ਕਰ ਰਿਹਾ ਸੀ, ਗੁਨਾਹ ਕਰ ਰਿਹਾ ਸੀ, ਸਰਕਾਰੀ ਕਰਮਚਾਰੀ ਸੀ। ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਬੁਲਾਇਆ, ਇੱਕਦਮ ਆਪਣਾ ਕਾਰੋਬਾਰ ਛੱਡ ਕੇ ਪ੍ਰਭੂ ਯਿਸੂ ਦੇ ਪਿੱਛੇ ਚੱਲ ਪਿਆ। ਹਾਲੇਲੂਯਾ। 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 ਪ੍ਰਭੂ ਯਿਸੂ ਨੇ ਜਿਸ ਕਿਸੇ ਨੂੰ ਵੀ ਬੁਲਾਇਆ, ਪ੍ਰਭੂ ਯਿਸੂ ਮਸੀਹ ਨੇ ਪ੍ਰਭੂ ਯਿਸੂ ਦਾ ਕਿਸੇ ਨੇ ਵੀ ਕਹਿਣਾ ਨਹੀਂ ਮੋੜਿਆ। ਇਸ ਕਰਕੇ ਪੁਰਾਣੀ ਲਾਈਫ, ਆਪਣੀ ਪੁਰਾਣੀ ਲਾਈਫ ਵੱਲ ਝਾਤੀ ਮਾਰੀਏ ਅਤੇ ਭਵਿੱਖ ਆਉਣ ਵਾਲੀ ਜ਼ਿੰਦਗੀ ਦੇ ਲਈ ਖੁਦਾ ਦਾ ਧੰਨਵਾਦ ਕਰਨਾ ਹੈ, ਖੁਦਾ ਦਾ ਧੰਨਵਾਦ ਕਰਨਾ ਹੈ। ਪੁਰਾਣੀ ਜ਼ਿੰਦਗੀ ਦੇ ਵਿੱਚ ਅਸੀਂ ਪਾਪੀ ਹਾਂ, ਗੁਨਾਹਗਾਰ ਹਾਂ। ਜਦੋਂ ਅਸੀਂ ਪ੍ਰਭੂ ਯਿਸੂ ਨੂੰ ਅਪਣਾ ਲਿਆ, ਜਦੋਂ ਅਸੀਂ ਪ੍ਰਭੂ ਯਿਸੂ ਦੇ ਚਰਨਾਂ ਦੇ ਵਿੱਚ ਆ ਗਏ ਤੇ ਸਾਡਾ ਜੀਵਨ ਬਦਲ ਗਿਆ। ਹਾਲੇਲੂਯਾ। 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 ਜਕਈ ਸੱਚਮੁੱਚ ਬੜਾ ਅਮੀਰ ਆਦਮੀ ਹੋਣ ਦੇ ਨਾਤੇ ਬੜਾ ਧਨੀ ਸੀ, ਪਰ ਉਹਦੇ ਮਨ ਦੇ ਅੰਦਰ ਹਮੇਸ਼ਾ ਤਾਂਗ ਸੀ, ਖੁਸ਼ੀ ਨਹੀਂ ਸੀ, ਹਮੇਸ਼ਾ ਚਿੰਤਾ ਦੇ ਵਿੱਚ ਸੀ। ਪਰ ਉਹ ਪ੍ਰਭੂ ਯਿਸੂ ਮਸੀਹ ਨੂੰ ਵੇਖਣਾ ਚਾਹੁੰਦਾ ਸੀ। ਛੋਟਾ ਹੋਣ ਦੇ ਨਾਤੇ ਹਰ ਸਮੇਂ ਪ੍ਰਭੂ ਯਿਸੂ ਮਸੀਹ ਦੇ ਚਾਰ ਸਵੇਰੇ ਭੀੜ ਲੱਗੀ ਰਹਿੰਦੀ ਸੀ। ਇੱਕ ਦਿਨ ਜਦੋਂ ਮੌਕਾ ਮਿਲਦਾ, ਜੱਕੀ ਆਉਂਦਾ, ਪ੍ਰਭੂ ਯਿਸੂ ਮਸੀਹ ਜਦੋਂ ਆ ਰਹੇ ਹੁੰਦੇ ਨੇ, ਉਹ ਦਰਖਤ 'ਤੇ ਚੜ੍ਹ ਜਾਂਦਾ, ਦਰਖਤ 'ਤੇ ਚੜ੍ਹ ਜਾਂਦਾ। ਪ੍ਰਭੂ ਯਿਸੂ ਦੂਰੋਂ ਵੇਖਦੇ ਨੇ, ਜੱਕੀ ਥੱਲੇ ਉਤਰਿਆ, ਅੱਜ ਮੈਂ ਤੇਰੇ ਘਰ ਖਾਣਾ ਹੈ। ਹਾਲੇਲੂਯਾ। 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 ਉਹ ਜੱਕੀ ਪਾਪੀ ਗੁਨਾਹਗਾਰ ਇਨਸਾਨ ਜਿਹੜਾ ਪ੍ਰਭੂ ਯਿਸੂ ਨੂੰ ਦੇਖਣਾ ਚਾਹੁੰਦਾ ਸੀ, ਅੱਜ ਪ੍ਰਭੂ ਯਿਸੂ ਕਹਿ ਰਿਹਾ ਉਹਦੇ ਘਰ ਜਾਣਾ, ਉਹਦੇ ਘਰ ਜਾਣਾ ਬੜਾ ਖੁਸ਼ ਹੁੰਦਾ ਹੈ। ਆਪਣਾ ਜੀਵਨ, ਆਪਣੀ ਲਾਈਫ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਸਮਰਪਣ ਕਰ ਦਿੰਦਾ ਹੈ। ਕਹਿੰਦਾ, ਪ੍ਰਭੂ ਜੀ, ਜੇਕਰ ਮੈਂ ਲੋਕਾਂ ਦੇ ਆਪਣੀ ਜਾਇਦਾਦ ਦਾ ਹਿੱਸਾ ਲੋਕਾਂ ਨੂੰ ਦੇ ਦਿੰਦਾ ਹਾਂ, ਜੇਕਰ ਮੈਂ ਲੋਕਾਂ ਕੋਲ ਜ਼ਿਆਦਾ ਕਰ ਲਿਆ ਹੈ, ਮੈਂ 4 ਗੁਣਾ ਉਹਨਾਂ ਨੂੰ ਵਾਪਸ ਕਰ ਦਿੰਦਾ ਹਾਂ। ਹਾਲੇਲੂਯਾ। ਪ੍ਰਭੂ ਯਿਸੂ ਮਸੀਹ ਕਹਿੰਦੇ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਅੱਜ ਇਸ ਘਰ ਵਿੱਚ ਲਿਬਰੇਸ਼ਨ ਆਈ ਹੈ। ਸੱਚਮੁੱਚ ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ,
ਜਦੋਂ ਅਸੀਂ ਆਪਣਾ ਜੀਵਨ ਖੁਦਾ ਨੂੰ ਦੇ ਦਾਂਗੇ, ਪ੍ਰਭੂ ਯਿਸੂ ਨੂੰ ਦੇ ਦਾਂਗੇ, ਸਮਰਪਣ ਕਰ ਦਾਂਗੇ, ਤਾਂ ਸੱਚਮੁੱਚ ਸਾਨੂੰ ਖੁਸ਼ੀ ਮਿਲੇਗੀ, ਅਨੰਤ ਦਾ ਜੀਵਨ ਮਿਲੇਗਾ। ਸੱਚਮੁੱਚ ਜਦੋਂ ਅਸੀਂ ਖੁਦਾ ਦੇ ਚਰਨਾਂ ਵਿੱਚ ਆ ਜਾਵਾਂਗੇ ਤਾਂ ਖੁਦਾ ਜ਼ਰੂਰ ਸਾਨੂੰ ਆਸ਼ਾ ਅਤੇ ਬਰਕਤਾਂ ਦੇ ਨਾਲ ਮਾਲਾਮਾਲ ਕਰੇਗਾ। ਦੂਸਰਾ ਹੈ ਉਦੇਸ਼ ਹੈ, ਖੁਦਾ ਨੇ ਸਾਨੂੰ ਬੁਲਾਇਆ ਹੈ ਤਾਂ ਕਿ ਅਸੀਂ ਹਮੇਸ਼ਾ ਖੁਦਾ ਦੀ ਸੇਵਾ ਲਈ ਤਿਆਰ ਰਹੀਏ। ਖੁਦਾ ਨੇ, ਪਰਮੇਸ਼ੁਰ ਨੇ ਸਾਨੂੰ ਬੁਲਾਇਆ, ਹਮੇਸ਼ਾ ਅਸੀਂ ਉਹਦੀ ਸੇਵਾ ਦੇ ਵਿੱਚ ਲੱਗੇ ਰਹੀਏ। ਹਾਲੇਲੂਯਾ, ਹਾਲੇਲੂਯਾ। ਉਹਦਾ ਜੂਨਾ ਦਾ ਪਹਿਲਾ ਪੱਤਰ 4:8 ਦੇ, ਪਰ ਉਹ ਜੋ ਪਿਆਰ ਨਹੀਂ ਕਰਦਾ ਹੈ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ੁਰ ਪਿਆਰ ਹੈ। ਅਤੇ ਜੋ ਪਿਆਰ ਕਰਦਾ ਹੈ ਸੱਚਮੁੱਚ ਉਹ ਪਰਮੇਸ਼ੁਰ ਨੂੰ ਹੀ ਜਾਣਦਾ ਹੈ। ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਪਿਆਰ ਵੀ ਕਰਦਾ ਹੈ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਆਪਣੇ ਭਵਿੱਖ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਆਪਣੇ ਭਵਿੱਖ ਲਈ ਹਮੇਸ਼ਾ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਜਰਮਾਇਆ ਨਬੀ ਦੀ ਪੋਥੀ 1:8, ਤੁਸੀਂ ਕਿਸੇ ਦਾ ਡਰ ਨਾ ਰੱਖੋ ਕਿਉਂਕਿ ਮੈਂ ਤੇਰੇ ਨਾਲ ਹੋਵਾਂਗਾ, ਤੇਰੀ ਰੱਖਿਆ ਕਰਾਂਗਾ, ਇਹ ਮੈਂ ਪ੍ਰਭੂ ਨੇ ਕਿਹਾ ਹੈ। ਹਾਲੇਲੂਯਾ। ਪ੍ਰਭੂ ਪਰਮੇਸ਼ੁਰ ਸਾਡੇ ਨਾਲ ਪ੍ਰੋਮਿਸ ਕਰਦਾ ਹੈ। ਜਿਸਾਇਆ ਨਬੀ ਦੀ ਪੋਥੀ 49:15 ਦੇ, ਮਾਂ ਭਾਵੇਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਜਾਵੇ ਪਰ ਮੈਂ ਤੁਹਾਨੂੰ ਕਦੇ ਵਾਸਤੇ ਨਹੀਂ ਭੁੱਲਾਂਗਾ, ਮੈਂ ਤੁਹਾਨੂੰ ਆਪਣੀਆਂ ਹਥੇਲੀਆਂ ਤੇ ਚੁੱਕ ਕੇ ਰੱਖਾਂਗਾ। ਹਾਲੇਲੂਯਾ, 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 ਹਾਲੇਲੂਯਾ। ਇਸ ਕਰਕੇ ਸੰਤ ਮਤੀ ਦੀ ਜੀ 28:20 ਆਇਤ ਦੇ ਵਿੱਚ ਪ੍ਰਭੂ ਯਿਸੂ ਕਹਿੰਦਾ, ਡਰੋ ਨਹੀਂ, ਘਬਰਾਓ ਨਹੀਂ, ਮੈਂ ਤੁਹਾਡੇ ਨਾਲ ਹਾਂ, ਜੁੱਗਾਂ ਦੇ ਅੰਤ ਤੱਕ ਤੁਹਾਡੇ ਨਾਲ ਹਾਂ। ਹਾਲੇਲੂਯਾ, ਹਾਲੇਲੂਯਾ। ਇਸ ਕਰਕੇ ਖੁਦਾ ਸਾਡੇ ਨਾਲ ਹੈ, ਪ੍ਰਭੂ ਯਿਸੂ ਸਾਡੇ ਨਾਲ ਹੈ, ਉਹਦੀ ਆਤਮਾ ਸਾਡੇ ਨਾਲ ਹੈ। ਇਸ ਕਰਕੇ ਖਾਸ ਕਰਕੇ ਪ੍ਰਾਰਥਨਾ ਕਰੀਏ ਜ਼ਿਆਦਾ ਤੋਂ ਜ਼ਿਆਦਾ ਬਲਾਟਾਂ ਦੇ ਵਾਸਤੇ, ਖਾਸ ਕਰਕੇ ਫਾਦਰ ਅਤੇ ਸਿਸਟਰਾਂ ਦੇ ਵਾਸਤੇ, ਤਾਂ ਕਿ ਪ੍ਰਭੂ ਯਿਸੂ ਦੇ ਰਾਹੀਂ ਖੁਦਾ ਫਾਦਰ ਅਤੇ ਸਿਸਟਰਾਂ ਨੂੰ ਹੋਰ ਵੀ ਸ਼ਕਤੀ ਅਤੇ ਬਲ ਪ੍ਰਦਾਨ ਕਰੇ, ਤਾਂ ਕਿ ਖੁਦਾ ਦਾ ਵਚਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਹੋਇਆ ਫੈਲਦਾ ਜਾਏ। ਬਾਪ ਅਤੇ ਬੇਟਾ ਪਾਕ ਦੇ ਨਾਂ ਦੇ ਉੱਤੇ।